ਜੀ ਨਮਸਕਾਰ ਸਾਸਰੀ ਘਰ ਮੈਂ ਅੱਜ ਤੁਹਾਨੂੰ ਸਿਖਾਉਣ ਜਾ ਰਹੀ ਹਾਂ ਕਿ ਆਪਾਂ ਫੇਸ ਪੈਕ ਕਿੱਦਾਂ ਬਣਾਉਣੀ ਹੈ ਤੇ ਨਾਲੇ ਉਸ ਦਾ ਕੌਫੀ ਦਾ ਕੌਫੀ ਦਾ ਮੈਂ ਤੁਹਾਨੂੰ ਫੇਸ ਪੈਕ ਵੀ ਬਣਾਉਣਾ ਸਿਖਾਵਾਂਗੀ ਤੇ ਨਾਲੇ ਮੈਂ ਸਿਖਾਵਾਂਗੀ ਤੇ ਸਕਰਬ ਕਿਵੇਂ ਹੁੰਦਾ ਇਹ ਦੇਖੋ ਮੈਂ ਇਹ ਕੌਫੀ ਯੂਜ਼ ਕਰ ਰਹੀ ਹਾਂ ਇਹ ਦੇਖੋ ਇਹ ਵਾਲੀ ਕੌਫੀ ਹੈ ਇਸ ਦਾ ਮੈਂ ਤੁਹਾਨੂੰ ਸਕਰਬ ਜਿਹੜੀ ਮਰਜ਼ੀ ਕੌਫੀ ਤੁਸੀਂ ਲੈ ਸਕਦੇ ਹੋ ਜ਼ਰੂਰੀ ਨਹੀਂ ਜਿਹੜੀ ਮੈਂ ਨੇ ਲਈਤੀ ਤੁਸੀਂ ਉਹੀ ਯੂਜ਼ ਕਰੋ ਜਿਹੜੀ ਮਰਜ਼ੀ ਯੂਜ਼ ਕਰ ਸਕਦੇ ਹੋ ਤੁਸੀਂ ਹੁਣ ਮੈਂ ਤੁਹਾਨੂੰ ਫੇਸ ਪੈਕ ਬਣਾਉਣਾ ਸਿਖਾਵਾਂਗੀ ਉਸ ਦਾ ਕਿਵੇਂ ਫੇਸ ਪੈਕ ਬਣਾਈਦਾ ਤੇ ਨਾਲੇ ਉਸ ਦਾ ਫੇਸ ਪੈਕ ਕਿਵੇਂ ਬਣਾਈਦਾ ਦੋ ਚੀਜ਼ਾਂ ਸਿਖਾਵਾਂਗੀ ਤੁਹਾਨੂੰ ਮੈਂ ਤੇ ਪਹਿਲਾਂ ਆਪਾਂ ਲਵਾਂਗੇ ਇੱਕ ਕਟੋਰੀ ਇੱਕ ਚਮਚ ਕੋਕੋ ਕੋਕੋਨਟ ਆਇਲ ਇਹ ਦੇਖੋ ਮੈਨੇ ਲੀਤਾ ਥੋੜਾ ਜਿਹਾ ਤੁਹਾਨੂੰ ਦਿਖ ਰਿਹਾ ਹੋਣਾ ਤੇ ਇਹ ਵਾਲਾ ਮੈਂ ਕੋਕੋਨਟ ਆਇਲ ਵਰਤ ਰਹੀ ਹਾਂ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਜ਼ਰੂਰੀ ਤੁਸੀਂ ਇਹੀ ਚੀਜ਼ਾਂ ਯੂਜ਼ ਕਰੋ ਜਿਹੜੀ ਮੈਂ ਕਰ ਰਹੀ ਹਾਂ ਇਹ ਦੇਖੋ ਤੇ ਇਸ 'ਚ ਥੋੜਾ ਜਿਹਾ ਪਾਵਾਂਗੇ ਆਪਾਂ ਕਾਫੀ ਦਾ ਪੁਰ ਪਹਿਲਾਂ ਆਪਾਂ ਸਕਰਬ ਕਰਾਂਗੇ ਇਹ ਦੇਖੋ ਸਿਰਫ ਇੱਕ ਚਮਚ ਲੈ ਰਹੀਆਂ ਮੈਂ ਇਹ ਇੱਕ ਗਲ ਇਹ ਵੀ ਹੈ ਜੇ ਤੁਸੀਂ ਕੋਕੋਨਟ ਆਇਲ 'ਚ ਤੁਸੀਂ ਇਹ ਪਾਉਗੇ ਕੋਫੀ ਕੋਫੀ ਪੇਸਟ ਤੇ ਇਹ ਮੈਲਟ ਨਹੀਂ ਹੋਨੇਗਾ ਜੇ ਤੁਸੀਂ ਨਾਲ ਦੀ ਨਾਲ ਪਾਣੀ ਪਾਉਗੇ ਇਸ 'ਚ ਇਹ ਮੈਲਟ ਹੋ ਜਾਏਗਾ ਮੈਂ ਤੁਹਾਨੂੰ ਦਿਖਾਨੀ ਹਾਂ ਇੱਕ ਮਿੰਟ ਇਹ ਦੇਖੋ ਇਹ ਕੌਫੀ ਉਦਾਂ ਦੀ ਉਦਾਂ ਪਈ ਹੈ ਤੇ ਇਸ ਦਾ ਸਕਰਬ ਸਕਰਬ ਬਣੇਗਾ ਆ ਦੇਖੋ ਨੂੰ ਫੇਸ ਤੇ ਆਪਾਂ ਸਕਰਬ ਕਰਨਾ ਹੈ ਇਸ ਦੇ ਨਾਲ ਤੁਹਾਡੀ ਸਕਿਨ ਕਲੀਨ ਹੋਏਗੀ ਤੇ ਨਾਲੇ ਪਹਿਲਾਂ ਇਹ ਸਾਫ ਇਹ ਲੈਣ ਤੋਂ ਪਹਿਲਾਂ ਨਾ ਪਹਿਲਾਂ ਤੁਸੀਂ ਆਪਣਾ ਮੂੰਹ ਕਲੀਨ ਕਰਨਾ ਹੈ ਕੁਝ ਨਹੀਂ ਲਗਾਣਾ ਕੋਈ ਕਰੀਮ ਨਹੀਂ ਲਗਾਨੀ ਸਾਫ ਕਰਨਾ ਆਪਣਾ ਫੇਸ ਮੈਂ ਸਾਫ ਕਰਕੇ ਬੈਠੀ ਸੀ ਆਪਣਾ ਫੇਸ ਇਹ ਦਾ ਸਕਰਬ ਕਰਨਾ ਹੈ ਇਹਨੇ ਜੋਰਸ ਇਨੀ ਜੋਰ ਨਾਲ ਵੀ ਨਹੀਂ ਮਲਣਾ ਕਿ ਸਕੀਨੀ ਪਟ ਜੇ ਸਾਰੀ ਆਪਣੀ ਆਰਾਮ ਨਾਲ ਕਰਨਾ ਹੈ ਹਮਮ ਇਦਾਂ ਕਰਕੇ ਸਕਰਬ ਕਰਨਾ ਹੈ ਸਿਰਫ 2-3 ਮਿੰਟ ਸਕਰਬ ਕਰਨਾ ਹੈ ਇਹਦਾ ਇਸੇ ਆਪਾਂ ਇਸੇ ਕਟੋਰੀ ਵਿੱਚ ਆਪਾਂ ਫੇਸ ਬਣਾਵਾਂਗੇ ਤੇ ਮੈਂ ਸਾਫ਼ ਕਰਕੇ ਆਣੀ ਆ ਇਸੇ ਤੇ ਹੀ ਮੂੰਹ ਤੋਂ ਦੀ ਲਾਉਣੀ ਹੈ ਸਕਰਬ ਤੋਂ ਬਾਅਦ ਆਪਾਂ ਇਸ ਨੂੰ ਅਪਲਾਈ ਕਰ ਸਕਦੇ ਹਾਂ ਇਸ ਦੇ ਪੇਸਟ ਨੂੰ ਮੂੰਹ ਤੋਂ ਦੀ ਜ਼ਿਆਦਾ ਲੋੜ ਨਹੀਂ ਹੈਗੀ ਮੈਂ ਐਵੇਂ ਕਰਦੀ ਆ ਦੇਖੋ ਤੁਸੀਂ ਠਹਿਰੋ ਇਹਦੇ ਨਾਲ ਤੁਹਾਡਾ ਫੇਸ ਸਾਫ਼ ਹੋਏਗਾ ਸਕਰਬ ਨਾਲ ਆਪਾਂ ਕਾਫੀ ਦਾ ਸਕਰਬ ਬਣਾ ਸਕਦੇ ਹਾਂ ਜਿਵੇਂ ਮੈਂ ਹੁਣ ਬਣਾਇਆ ਠੀਕ ਹੈ ਤੁਸੀਂ ਵੀ ਬਣਾ ਸਕਦੇ ਹੋ ਦੇਖੋ ਮੈਂ ਸਾਫ਼ ਕੀਤਾ ਹੈ ਹੁਣ ਆਪਾਂ ਬਣਾਵਾਂਗੇ ਇਸ ਦਾ